ਰੋਗਾ ਤੁਰੇ ਹਾਂ ਰੋਦਾ ਜੀ ਸਾਡਾ ਬਸ ਪਿੰਡ ਹੀ ਉੱਜੜ ਗਿਆ ਜੇ ਉਹ ਵਾਗਾ ਉਹ ਪਿੰਡ ਹੀ ਉੱਜੜ ਗਿਆ ਐਂ ਕਹਿਣਾ ਵੀ ਅਸੀਂ ਚਾਹੇ ਚਾਰ ਮੁੰਡੇ ਪੰਜ ਮੁੰਡਿਆਂ ਨੂੰ ਮਾਰ ਦਿੱਤਾ ਸਾਡੇ ਵੀ ਜੇ ਚਾਹੇ ਅਸੀਂ ਉਹਦੀ ਥਾਂ 10 ਮੁੰਡੇ ਮਰ ਜਾਂਦੇ ਉਹ ਵਾਗਾ ਤਾਂ ਪਿੰਡ ਹੀ ਗਿਆ ਸਾਡਾ ਪਿੰਡ ਵੀ ਕਾਸੇ ਦਿਨ ਹੋਣਾ ਬਾਪੂ ਦੇ ਕਿਹੜੇ ਕਿਹੜੇ ਵੱਡੇ ਵੱਡੇ ਹੰਝੂ ਦੇ ਆ ਬਾਪੂ ਦੀਆਂ ਅੱਖਾਂ 'ਚ ਬਾਪੂ ਕਹਿੰਦਾ ਯਾਰ ਸਿੱਧੂ ਵਾਗਾ ਸਾਡਾ ਪਿੰਡ ਉੱਜੜ ਗਿਆ ਸਿੱਧੂ ਮੂਸੇਵਾਲਾ ਜਿਸ ਦੇ ਜਾਣ ਤੋਂ ਬਾਅਦ ਹਰ ਇੱਕ ਇਨਸਾਨ ਦੀਆਂ ਅੱਖਾਂ ਵਿੱਚ ਹੰਝੂ ਸੀ ਚਾਹੇ 1.5 ਸਾਲ ਦੇ ਆਸ ਪਾਸ ਹੋ ਗਿਆ ਸਿੱਧੂ ਮੂਸੇਵਾਲੇ ਨੂੰ ਸਾਡੇ ਵਿੱਚੋਂ ਗਏ ਹੋਏ ਪਰ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ ਸਿੱਧੂ ਮੂਸੇਵਾਲਾ 61 ਜੱਟ ਜਦੋਂ ਵੀ ਕਿਤੇ ਮੂਸੇ ਜਾਈਏ ਸਿੱਧੂ ਦੀ ਸਮਾਧ ਕੋਲ ਕੁਝ ਐਸੇ ਇਨਸਾਨ ਮਿਲ ਜਾਂਦੇ ਨੇ ਜੋ ਕਿ ਸਿੱਧੂ ਦੀਆਂ ਪੁਰਾਣੀਆਂ ਗੱਲਾਂ ਕਰਕੇ ਭਾਵੁਕ ਹੋ ਜਾਂਦੇ ਨੇ ਇਸੇ ਤਰ੍ਹਾਂ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ ਕਿ ਸਿੱਧੂ ਮੂਸੇਵਾਲੇ ਦੇ ਮੂਸੇ ਪਿੰਡ ਦਾ ਇੱਕ ਬਜ਼ੁਰਗ ਕਿਸ ਤਰ੍ਹਾਂ ਸਿੱਧੂ ਨੂੰ ਯਾਦ ਕਰਕੇ ਧਾਹਾਂ ਮਾਰ ਕੇ ਰੋਣ ਲੱਗਾ ਤਾਂ ਆਓ ਦੇਖਦੇ ਹਾਂ ਆਖਰ ਇਸ ਬਜ਼ੁਰਗ ਦੀਆਂ ਗੱਲਾਂ ਨੇ ਕਿਸ ਤਰ੍ਹਾਂ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਈ ਵੀ ਜੋ 2 ਮੁੰਡੇ ਆਏ ਉੱਥੇ ਅਸੀਂ ਅੱਡੇ 'ਤੇ ਬੈਠੇ ਹਾਂ ਅਤੇ ਇੰਨਾ ਰੋਏ ਗੱਲਾਂ ਛੱਡਦੇ ਹਾਂ ਯੂਪੀ ਤੋਂ ਆਏ ਯੂਪੀ 'ਚੋਂ 2 ਮੁੰਡੇ ਨਾ ਇੰਨਾ ਰੋਏ ਗੱਲਾਂ ਛੱਡਦੇ ਜੀ ਵੀ ਤੁਸੀਂ ਤਾਂ ਛੋਟੇ ਹੁੰਦੇ ਜਾਣਦੇ ਹੋ ਛੋਟੇ ਹੁੰਦੇ ਸਾਡੇ ਘਰ 'ਚ ਅੱਡੇ ਜੂਸ ਪੀ ਕੇ ਜਾਂਦਾ ਜਾਂ ਸੱਥਾਂ 'ਚ ਸਾਡੇ ਨਾਲ ਗੱਲਾਂ ਕਰਦਾ ਇਹਦੇ ਲਾਵੇ ਘਰ ਦੇ ਬੋਹੜ ਸੀਗੇ ਉੱਥੇ ਮੁੰਡਿਆਂ ਨਾਲ ਤਾਂ ਖੇਡੀ ਜਾਂਦਾ ਬਹੁਤ ਪਿਆਰ ਸੀ ਇਹਨੂੰ ਪਿੰਡ ਬਸ ਆਇਆ ਸੀਗਾ ਵੀ ਪਿੰਡ ਨੂੰ ਮੈਂ ਇੰਨਾ ਚੜ੍ਹਾ ਦੂੰ ਗੱਲਾਂ ਛੱਡਦੇ ਜੀ ਇਹ ਪਿਆਰ ਬਹੁਤ ਸੀ ਪਿੰਡ ਨਾਲ ਪਿਆਰ ਬਹੁਤ ਜਮਾਨੇ ਪਿਆਰ ਸੀਗਾ ਜੀ ਬਾਪੂ ਵੀ ਰੋਣ ਲੱਗ ਗਿਆ ਤੁਸੀਂ ਦੇਖਿਆ ਕਿ ਬਾਪੂ ਦੀ ਅੱਖਾਂ 'ਚ ਵੀ ਹੰਝੂ ਆ ਗਏ ਲੋਕ ਰੋਣ ਲੱਗ ਗਿਆ ਰੋ ਕਦ ਰਹੇ ਹੋ ਰੋਦਾ ਜੀ ਸਾਡਾ ਬਸ ਪਿੰਡ ਹੀ ਉੱਜੜ ਗਿਆ ਜੇ ਉਹ ਵਾਗਾ ਉਹ ਪਿੰਡ ਹੀ ਉੱਜੜ ਗਿਆ ਪਿੰਡ ਹੀ ਉੱਜੜ ਗਿਆ ਹਾਂ ਉਹ ਵਾਗਾ ਤਾਂ ਪਿੰਡ ਹੀ ਗਿਆ ਸਾਡਾ ਪਿੰਡ ਵੀ ਕਾਸੇ ਦਿਨ ਹੋਣਾ ਬਾਪੂ ਦੇ ਕਿਹੜੇ ਕਿਹੜੇ ਵੱਡੇ ਵੱਡੇ ਹੰਝੂ ਦੇ ਆ ਬਾਪੂ ਦੀਆਂ ਅੱਖਾਂ 'ਚ ਬਾਪੂ ਕਹਿੰਦਾ ਯਾਰ ਸਿੱਧੂ ਵਾਗਾ ਸਾਡਾ ਪਿੰਡ ਉੱਜੜ ਗਿਆ ਬਾਪੂ ਬਹੁਤ ਦੂਰ ਤੱਕ ਨਾਮ ਚੱਕਦਾ ਸੀ ਪਿੰਡ ਦਾ ਉਹ ਕਿਹੜਾ ਜੱਥੇ ਇਹਦਾ ਨਾਲ ਸੀਗਾ ਬਸ ਇੱਕ ਮੂੰਹ ਬੈਠੇ ਆ ਵੀ ਪਰ ਚੱਲਿਆ ਨਹੀਂ ਜਾਂਦਾ ਬਹੁਤ ਮਾੜਾ ਹੋਇਆ ਬਹੁਤ ਮਾੜਾ ਹੋਇਆ ਜੇ ਇੱਥੋਂ ਐਂ ਕਹਿਣਾ ਵੀ ਅਸੀਂ ਚਾਹੇ 4 ਮੁੰਡੇ 5 ਮੁੰਡਿਆਂ ਨੂੰ ਮਾਰ ਦਿੱਤਾ ਸਾਡੇ ਵੀ ਜੇ ਕੋਈ ਸਿੱਧੂ ਨੂੰ ਨਾ ਮਾਰ ਹਾਂ ਵੀ ਚਾਹੇ ਅਸੀਂ ਉਹਦੀ ਥਾਂ 10 ਮੁੰਡੇ ਮਰ ਜਾਂਦੇ ਕਹਿੰਦੇ ਵੱਡੇ ਵੱਡੇ ਬਾਪੂ ਦੇ ਅੱਖਾਂ 'ਚ ਹੰਝੂ ਡਿੱਗ ਰਹੇ ਨੇ ਇਹ ਕਿਸੇ ਆਪਦੇ ਵਾਸਤੇ ਆ ਸਕਦੇ ਨੇ ਬਾਪੂ ਕਹਿੰਦਾ ਚਾਹੇ 10 ਮੁੰਡੇ ਮਾਹੌਰ ਮਾਰ ਦਿੰਦੇ ਪਰ ਸਾਡਾ ਸਿੱਧੂ ਨਾ ਮਾਰਦੇ ਤੁਸੀਂ ਉਰੇ ਕਿਵੇਂ ਗੇੜਾ ਕੱਟਣ ਉਹੀ ਆ ਜਾਂਦੇ ਹੋ ਗੇੜਾ ਕੱਟਣ ਉੱਧਰੋਂ ਵੀ ਨਾ ਸਾਡਾ ਪਿੰਡ ਆ ਹੀ ਅਸੀਂ ਆਹ ਮੁੰਡੇ ਨਾਲ ਦੇ ਹਾਜ਼ ਆ ਜੂਸ ਵਾਲੇ ਨਾਲ ਅਤੇ ਇਹਦੇ ਨਾਲ ਆ ਜਾਂਦੇ ਹਾਂ ਉੱਥੇ ਅੱਡੇ 'ਤੇ ਜੂਸ ਲਾਉਂਦਾ ਇਹ ਵੀ ਅਸੀਂ ਊਂ ਲਿਹਾਜ਼ ਕਰਕੇ ਇਹਦੇ ਨਾਲ ਆ ਜਾਂਦੇ ਹਾਂ ਜੇ ਉਹ ਇਹਦੇ ਕੋਲੋਂ ਜੂਸ ਪੀਂਦਾ ਸੀਗਾ ਹਾਂ ਇਹ ਕਰਕੇ ਸਾਡੀ ਚਾਹੇ ਬਾਪੂ ਨੂੰ ਕੋਈ ਮਿਲਿਆ ਚਾਹੇ ਨਹੀਂ ਮਿਲਿਆ ਹਰੇਕ ਰੋਇਆ ਚਾਹੇ ਉਹਨੂੰ ਕੋਈ ਜਾਣਦਾ ਸੀ ਨਹੀਂ ਜਾਣਦਾ ਸੀ ਹਰੇਕ ਰੋਇਆ ਸਿੱਧੂ ਹਾਂ 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 ਹਰੇਕ ਬੰਦਾ ਜੇ ਸਾਡੇ ਯੂਪੀ ਹੁਣ ਮੈਂ ਤੈਨੂੰ ਦੱਸਿਆ 2 ਮੁੰਡੇ ਆਏ ਇੰਨਾ ਰੋਏ ਨਾ ਗੱਲਾਂ ਛੱਡਦੇ ਹਾਂ ਠੀਕ ਆ ਬਾਪੂ ਤਾਂ ਹਰ ਇੱਕ ਬੰਦਾ ਦੋਸਤੋ ਇਮੋਸ਼ਨਲ ਹੋ ਜਾਂਦਾ ਉਰੇ ਹਰ ਇੱਕ ਬੰਦੇ ਦੀ ਅੱਖਾਂ 'ਚ ਹੰਝੂ ਆ ਜਾਂਦੇ ਨੇ ਕਿਉਂਕਿ ਯਾਰ ਬੰਦੀ ਇਹ ਆ ਸੀ ਉਹ ਹੁਣ ਬਾਪੂ ਕਿਹੜੀ ਵੱਡੀ ਗੱਲ ਕਹਿ ਗਿਆ ਜੇ 10 ਬੰਦੇ ਮਾਰ ਦਿੰਦੇ ਸਾਡੇ ਪਿੰਡ ਦੇ ਪਰ ਸਾਡੇ ਸਿੱਧੂ ਨੂੰ ਨਾ ਮਾਰਦੇ ਸਾਡੇ ਕਹਿੰਦਾ ਅਸੀਂ ਤਾਂ ਉੱਜੜ ਗਏ ਜਮੀ ਤਾਂ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਲਈ ਧੰਨਵਾਦ ਤਾਂ ਦੋਸਤੋ ਤੁਸੀਂ ਨੇ ਦੇਖਿਆ ਕਿ ਕਿਸ ਤਰ੍ਹਾਂ ਇਹ ਬਜ਼ੁਰਗ ਸਿੱਧੂ ਬਾਈ ਨੂੰ ਯਾਦ ਕਰਕੇ ਭਾਵੁਕ ਹੋ ਗਿਆ ਵੀਡੀਓ ਪੁਰਾਣੀ ਹੈ ਪਰ ਸੋਚਿਆ ਕਿ ਇਹ ਇੱਕ ਵਾਰ ਯਾਦ ਤੁਹਾਡੇ ਨਾਲ ਫੇਰ ਸਾਂਝਾ ਕਰ ਲਈਏ ਤਾਂ ਦੋਸਤੋ ਅਗਰ ਜੱਟ ਬਾਬੇ ਟੈਲੀਵਿਜ਼ਨ ਦੇ ਉੱਪਰ ਪਹਿਲੀ ਵਾਰ ਆਏ ਹੋ ਜੱਟ ਬਾਬੇ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਥੇ ਤੁਹਾਨੂੰ ਸਿੱਧੂ ਮੂਸੇਵਾਲੇ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ ਧੰਨਵਾਦ ਰੱਬ ਰੱਖਾ